ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕੁਲਦੀਪ ਕਾਲੂ ਮਜਾਇਲ ਟੀਵੀ ਵੱਲੋਂ ਹਾਜ਼ਰ ਹਾਂ ਇੱਕ ਵਾਰ ਤੁਹਾਡੇ ਵਾਸਤੇ ਬਹੁਤ ਹੀ ਵੱਡੀ ਖੁਸ਼ੀ ਭਰੀ ਖਬਰ ਲੈ ਕੇ ਕਿ ਸੰਗਤਾਂ ਦੀਆਂ ਅਰਦਾਸਾਂ ਨਾਲ ਤੇ ਕੁਝ ਕ੍ਰਿਕਟ ਜਿੰਦਾਬਾਦ ਦੇ ਨਾਲ ਕਰਤਾਰਪੁਰ ਦਾ ਲਾਂਘਾ ਖੁੱਲ ਗਿਆ ਤੇ ਸਾਰੀਆਂ ਸੰਗਤਾਂ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ। ਪਹਿਲਾਂ ਅਰਦਾਸ ਹੁੰਦੀ ਸੀ ਕਿ ਜਿਨ੍ਹਾਂ ਗੁਰਧਾਮਾਂ ਨੂੰ ਗੁਰੂ ਪੰਥ ਤੋਂ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਬਖਸ਼ ਨੇ, ਹੁਣ ਕਿਰਪਾ ਦੇ ਨਾਲ ਖੁੱਲੇ ਦਰਸ਼ਨ ਦੀਦਾਰ ਹੋਣੇ ਸ਼ੁਰੂ ਹੋ ਗਏ ਨੇ, ਪਰ ਅਜੇ ਵੀ ਕਿਤੇ ਨਾ ਕਿਤੇ ਖਦਸ਼ਾ ਜ਼ਾਹਰ ਕੀਤਾ ਜਾਂਦਾ ਕਿ ਕਿਤੇ ਨਾ ਕਿਤੇ ਇੰਜ ਲੱਗ ਰਿਹਾ ਕਿ ਜਿਵੇਂ ਕੋਈ ਸ਼ੈਤਾਨੀ ਸੋਚਾਂ ਇਸ ਲਾਂਘੇ ਨੂੰ ਬੰਦ ਕਰਵਾਉਣ ਵਾਸਤੇ ਤੁਲੀਆਂ ਹੋਈਆਂ। ਹੁਣ ਬਹੁਤ ਹੀ ਵਧੀਆ ਮੇਰਾ ਛੋਟਾ ਵੀਰ ਹੈ ਲਖਵੀਰ ਉਦੂ ਵਾਲੀ, ਉਹਨਾਂ ਦਾ ਲਿਖਿਆ ਗਾਣਾ ਹੈ ਕਿ ਜਿਹੜਾ ਖੁੱਲ ਗਿਆ ਤੇਰੇ ਘਰ ਜਾਣ ਨੂੰ, ਬੰਦ ਹੋਣ ਨਾ ਦੇਵੀ ਤੂੰ ਕਦੇ ਰਾਹ ਬਾਬਾ ਨਾਨਕਾ। ਤੈਨੂੰ ਬੜੇ ਹੀ ਵਧੀਆ ਅੰਦਾਜ਼ ਦੇ ਵਿੱਚ ਸਤਨਾਮ ਮਜੀਠੀਆ ਜੀ ਤੇ ਕੁਲਦੀਪ ਧਰਮਾ ਜੀ ਨੇ ਗਾਇਆ ਤੇ ਨਾਲ ਕਾਸ਼ੀ ਰਾਮ ਜੀ ਚੰਨ ਤੇ ਹੋਰ ਬਹੁਤ ਸਾਰੀ ਪੂਰੇ ਸੈੱਟ ਤੇ ਇਸ ਵੇਲੇ ਖੜੇ ਆ ਤੇ ਉਹ ਅਸੀਂ ਇਸ ਸ਼ੂਟਿੰਗ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਆ ਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਨੇ ਆ ਇਸ ਗੀਤ ਦੇ ਗਾਇਕ ਸਤਨਾਮ ਸੱਤੂ ਤੇ ਕੁਲਦੀਪ ਧਰਮਾ ਜੀ ਦੇ ਨਾਲ। ਕੱਟ ਕਰਦੇ ਕਰ। ਅੱਛਾ, ਸਤਨਾਮ ਸੱਤੂ ਤੇ ਕੁਲਦੀਪ ਧਰਮਾ ਜੀ, ਤੁਹਾਡਾ ਗਾਣਾ ਮਾਰਕੀਟ ਵਿੱਚ ਹੋ ਰਿਹਾ, ਤੁਸੀਂ ਵੀਡੀਓ ਰਿਕਾਰਡਿੰਗ ਤੇ ਆਇਓ, ਕੀ ਕਹਿਣਾ ਚਾਹੁੰਦੇ ਇਸ ਗਾਣੇ ਬਾਰੇ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਗੀਤ ਆ ਰਿਹਾ ਜੀ ਬਾਬਾ ਨਾਨਕ, ਜਿਸ ਨੂੰ ਲਿਖਿਆ ਹੈ ਲਖਵੀਰ ਉਦੋਂ ਵਾਲੀ, ਬਹੁਤ ਹੀ ਸੁੰਦਰ ਲਿਖਿਆ ਹੈ। ਬਾਬਾ ਨਾਨਕ ਕੋਰੀਡੋਰ ਖੁੱਲ੍ਹ ਗਿਆ ਅਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਕੁਲਦੀਪ ਧਰਮਾ ਜੀ, ਅਤੇ ਮੈਨੂੰ ਉਮੀਦ ਹੈ ਕਿ ਸਾਰੀ ਸੰਗਤ ਨੂੰ ਬਹੁਤ ਪਸੰਦ ਆਏਗਾ ਗੀਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਜੋ ਸ਼ੂਟਿੰਗ ਹੋ ਰਹੀ ਹੈ ਜਿਸ ਸ਼ਬਦ ਦੀ, ਬਹੁਤ ਵਧੀਆ ਸ਼ਬਦ ਹੈ, ਕਰਤਾਰਪੁਰ ਲਾਂਘੇ ਦੇ ਤਹਿਤ ਲਿਖਿਆ ਗਿਆ ਹੋਇਆ, ਬਾਬਾ ਨਾਨਕ ਜੀ ਦਾ ਸ਼ਬਦ ਹੈ ਅਤੇ ਅੱਜ ਇਸਦਾ ਸ਼ੂਟ ਹੋ ਰਿਹਾ ਹੈ ਮਜੀਠਾ ਰੋਡ 'ਤੇ ਅਤੇ ਪੂਰੀ ਟੀਮ ਇੱਥੇ ਪਹੁੰਚ ਚੁੱਕੀ ਹੈ ਅਤੇ ਉਮੀਦ ਕਰਦੇ ਹਾਂ ਕਿ ਸਭ ਨੂੰ ਬਹੁਤ ਪਸੰਦ ਆਏਗਾ ਕਿਉਂਕਿ ਇੱਕ ਸਿੱਖ ਧਰਮ ਦੀ ਇਹਦੇ ਵਿੱਚ ਗੱਲਬਾਤ ਹੈ ਅਤੇ ਸਾਰਿਆਂ ਨੂੰ ਪਸੰਦ ਆਏਗਾ। ਧੰਨਵਾਦ ਜੀ ਸਰ। ਹਾਂਜੀ ਕਾਂਸ਼ੀ ਰਾਮ ਚੰਦ ਜੀ, ਗਾਣਾ ਜਿਹੜਾ ਖੁੱਲ੍ਹ ਗਿਆ ਤੇਰੇ ਘਰ ਜਾਣ ਨੂੰ, ਬੰਦ ਹੋਣ ਨਾ ਦੇਈਂ ਤੂੰ ਕਦੇ ਰਾਹ ਬਾਬਾ ਨਾਨਕਾ, ਅਤੇ ਜਿਹਦੇ ਸਤਨਾਮ ਸੱਤੂ ਨੇ ਵਧੀਆ ਗਾਇਆ, ਉੱਥੇ ਸੋਨੇ ਦੇ ਸੁਹਾਗੇ ਵਾਲੀ ਗੱਲ ਹੈ ਕਿ ਤੁਹਾਡੇ ਵਰਗੇ ਮਹਾਨ ਲੋਕ ਇਸ ਵਿੱਚ ਮਾਡਲਿੰਗ ਕਰ ਰਹੇ ਆ, ਕੀ ਕਹਿਣਾ ਚਾਹੁੰਦੇ ਤੁਸੀਂ ਇਸ ਗਾਣੇ ਬਾਰੇ? ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਕਾਂਸ਼ੀ ਰਾਮ ਚੰਦ ਅਤੇ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਦੋਸਤੋ, ਬਹੁਤ ਵਧੀਆ ਗਾਣਾ ਸਾਡੇ ਸਤਨਾਮ ਜਿਹੜੇ ਕਿ ਸਤਨਾਮ ਭਾਜੀ ਆ ਪੁਲਿਸ ਡਿਪਾਰਟਮੈਂਟ ਵਿੱਚ ਕੰਮ ਕਰਦੇ ਆ ਜੀ, ਔਰ ਇਹਨਾਂ ਨੇ ਬਹੁਤ ਵਧੀਆ ਗਾਣਾ ਗਾਇਆ ਜੀ, ਔਰ ਜਿਹੜਾ ਕਰਤਾਰਪੁਰ ਦਾ ਰਾਹ ਜਿਹੜਾ ਖੁੱਲ੍ਹਾ ਵਾ, ਔਰ ਵਾਹਿਗੁਰੂ ਅੱਗੇ ਇਹ ਫਰਿਆਦਾਂ ਕਰਦਾ ਸੱਚੇ ਪਾਤਸ਼ਾਹ, ਇਹ ਜਿਹੜਾ ਦਰਵਾਜ਼ਾ ਹਮੇਸ਼ਾ ਤੁਹਾਡੇ ਦਰਸ਼ਨ ਲਈ ਖੁੱਲ੍ਹਾ ਰਹੇ, ਇਹ ਬੰਦ ਨਾ ਕਦੀ ਹੋਵੇ, ਇਹੋ ਜਿਹਾ ਇੱਕ ਗਾਣਾ ਬਹੁਤ ਵਧੀਆ ਇਹਨਾਂ ਨੇ ਗਾਇਆ ਵਾ। ਅਤੇ ਮੈਂ ਸਾਰਿਆਂ ਨੂੰ ਵੀਰਾਂ ਨੂੰ ਬੇਨਤੀ ਕਰਦਾ ਵੀ ਜਦੋਂ ਵੀ ਗਾਣਾ ਆਵੇ ਤੁਸੀਂ ਦੱਬ ਕੇ ਸ਼ੇਅਰ ਕਰਨਾ ਔਰ ਸੁਣਨਾ ਵਾ, ਔਰ ਸਾਰਿਆਂ ਨੂੰ ਸੁਣਾਉਣਾ ਔਰ ਲਾਈਕ ਕਰਨਾ, ਵੱਧ ਤੋਂ ਵੱਧ ਲਾਈਕ ਕਰਨਾ, ਵੱਧ ਤੋਂ ਵੱਧ ਸ਼ੇਅਰ ਕਰਨਾ ਜੀ। ਔਰ ਸਾਡੇ ਕੁਲਦੀਪ ਕਾਲੂ ਭਾਜੀ ਜਿਹੜੇ ਕਿ ਬਹੁਤ ਵਧੀਆ ਰਾਈਟਰ ਆ, ਉਹ ਵੀ ਇਸ ਗਾਣੇ ਦੇ ਵਿੱਚ ਕੰਮ ਕਰ ਰਹੇ ਆ, ਮੈਂ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰਗੁਜ਼ਾਰਾਂ। ਔਰ ਮੈਂ ਸੱਚੇ ਪਾਤਸ਼ਾਹ ਅੱਗੇ ਬੇਨਤੀ ਕਰਦਾ ਵੀ ਸੱਚੇ ਪਾਤਸ਼ਾਹ ਸ਼ੂਟਿੰਗ ਸ਼ੁਰੂ ਹੋਣ ਲੱਗੀ ਆ, ਕਿਰਪਾ ਕਰੋ ਇਹ ਗਾਣਾ ਨੇਪਰੇ ਚੜਾਉਣ ਦਾ ਬਲ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਗਲਦਲ ਜੀ, ਕਿਸ ਤਰ੍ਹਾਂ ਲੱਗ ਰਿਹਾ ਅੱਜ ਸੈੱਟ ਤੇ ਆ ਕੇ ਸ਼ੂਟਿੰਗ ਚੱਲ ਰਹੀ ਆ ਬਾਬੇ ਨਾਨਕ ਦੀ ਜੀ ਦਾ ਗਾਣਾ ਕਰਤਾਰਪੁਰ ਲਾਂਘੇ ਤੇ, ਤੁਹਾਨੂੰ ਕਿੰਝ ਲੱਗ ਰਿਹਾ ਇਸ ਗਾਣੇ ਵਿੱਚ ਕੰਮ ਕਰਕੇ? ਸਾਨੂੰ ਇਹ ਬਹੁਤ ਵਧੀਆ ਲੱਗ ਰਿਹਾ ਜੀ, ਇਸ ਗਾਣੇ ਦਾ ਰੋਲ ਕਾਂਸ਼ੀ ਰਾਮ ਚੰਦ ਜੀ ਨਿਭਾ ਰਹੇ ਨੇ, ਉਹ ਸਤਨਾਮ ਮਜੀਠੀਆ ਜੀ ਤੇ ਕੁਲਦੀਪ ਧਰਮਾ ਜੀ, ਜਿਨ੍ਹਾਂ ਦਾ ਇਹ ਗਾਣਾ ਬਹੁਤ ਵਧੀਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਕਿ ਤੇਰਾ ਰਸਤਾ ਖੁੱਲ ਲਿਖਿਆ, ਜਿਹੜਾ ਖੁੱਲ ਗਿਆ ਤੇਰੇ ਘਰ ਜਾਣ ਨੂੰ, ਬੰਦ ਹੋਣਾ ਦਵੀਂ ਤੂੰ ਕਦੇ ਰਾਹ ਬਾਬਾ ਨਾਨਕਾ, ਸਾਰੀ ਦੁਨੀਆ ਖੁਸ਼ੀਆਂ ਮਨਾ ਰਹੀ ਹੈ ਕਰਤਾਰਪੁਰ ਲਾਂਘਾ ਖੁੱਲਣ ਤੇ, ਤੁਹਾਨੂੰ ਇਸ ਗਾਣੇ ਵਿੱਚ ਕੰਮ ਕਰਕੇ ਕਿਵੇਂ ਲੱਗ ਰਿਹਾ? ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ, ਪਰਮਾਤਮਾ ਨੇ ਤੇ ਗਾਣੇ ਨੂੰ ਚਾਰ ਚੰਦ ਲਾ, ਬਾਬੇ ਨਾਨਕ ਦਾ ਧਾਰਮਿਕ ਜੀ, ਇਹ ਬੜੀ ਖੁਸ਼ੀ ਵਾਲਾ ਦਿਨ ਆ ਕਿ ਗੁਰੂ ਨਾਨਕ ਦੇਵ ਜੀ ਦੇ ਪਾਤਸ਼ਾਹ ਦਾ ਜਿਹੜਾ ਲਾਂਘਾ ਪਾਕਿਸਤਾਨ ਤੇ ਹਿੰਦੁਸਤਾਨ ਨੇ ਖੋਲਿਆ ਕੋਰੀਡੋਰ, ਉਹਦੇ ਸੰਬੰਧ ਦੇ ਵਿੱਚ ਪੰਜਾਬੀ ਗੀਤ ਸੌਣ ਆ ਰਿਹਾ,
ਤੇ ਜਿਨ੍ਹਾਂ ਦੇ ਵਿੱਚ ਬੜੀ ਖੁਸ਼ੀ ਹੈ, ਇਹਨਾਂ ਦੇ ਵਿੱਚ ਚੰਗੇ ਕਲਾਕਾਰ ਕੰਮ ਕਰ ਰਹੇ ਨੇ, ਬਹੁਤ ਵਧੀਆ ਕੰਮ ਕਰ ਰਹੇ ਨੇ ਸਾਡੇ, ਤੇ ਇਸ ਖੁਸ਼ੀ ਬੜੀ ਹੈ ਜੀ। ਇਹ ਲਾਂਘਾ ਖੁੱਲ੍ਹਣ ਦੇ ਨਾਲ ਸਿੱਖ ਸੰਗਤਾਂ ਦਾ ਬਹੁਤ ਵਧੀਆ ਦਰਸ਼ਨ ਕਰਨ ਦਾ ਤਰੀਕਾ ਵਾ ਆਪਣੇ ਸੈਂਟਰ ਗੌਰਮੈਂਟ ਜੀ ਨੇ ਬਖਸ਼ਿਆ। ਤੇ ਇਸ ਗਾਣੇ ਦੇ ਵਿੱਚ ਕਾਂਸੀ ਰਾਮ ਜੀ ਚੰਨ ਜੀ, ਸਾਡੇ ਹੋਰ ਕਲਾਕਾਰ ਚੰਗੇ ਚੰਗੇ ਕੰਮ ਕਰ ਰਹੇ ਨੇ, ਤੇ ਮੈਨੂੰ ਬੜੀ ਖੁਸ਼ੀ ਹੈ ਜੀ। ਗੁਰਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਜੋ ਇੱਕ ਧਰਮ ਗੀਤ ਗਾਇਆ ਜਾ ਰਿਹਾ ਹੈ, ਮੈਂ ਸਭ ਨੂੰ ਇਹ ਅਪੀਲ ਕਰਾਂਗਾ, ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ, ਕਿਉਂਕਿ ਕਰਤਾਰਪੁਰ ਸਾਹਿਬ ਦਾ ਜੋ ਲਾਂਘਾ ਖੁੱਲ੍ਹਿਆ, ਇਹ ਖੁੱਲ੍ਹਿਆ ਹੀ ਰਹਿਣਾ ਚਾਹੀਦਾ, ਇਹ ਬੰਦ ਨਹੀਂ ਹੋਣਾ ਚਾਹੀਦਾ।